Assalamu alaikum ji, main thoda apna host Baba ji. Save historical places of Pakistan, save Gurdwaras and temples of Pakistan, Sikh period footsteps in Pakistan. ਅੱਜ ਮੈਂ ਇੱਕ ਬਹੁਤ ਇਤਿਹਾਸਿਕ ਜਗ੍ਹਾ, ਤੁਸੀਂ ਕਹਿ ਲਵੋ ਕਿ ਭੇਰਾ ਸ਼ਹਿਰ ਦੇ ਅੰਦਰ ਜਿਹੜੀ ਕਿ ਭੇਰੇ ਦੀ ਤਾਰੀਖ ਹੈ ਉਹ ਤੁਹਾਨੂੰ ਮਿਲਦੀ ਹੈ ਕਮ ਅਜ਼ ਕਮ 400 AD ਤੋਂ ਪਹਿਲੇ ਦੀ ਹੈ। 400 AD ਤੋਂ ਪਹਿਲੇ ਹੈ ਔਰ ਸੋਰੀ ਬਿਫੋਰ ਦਾ ਕ੍ਰਾਈਸਟ 400 BC 400 BC ਹੈਂਗ ਸੰਗ ਇੱਥੋਂ ਲੰਘਦਾ ਅਤੇ ਭੇਰੇ ਸ਼ਹਿਰ ਦਾ ਜ਼ਿਕਰ ਕਰਦਾ। ਫਿਰ ਉਸ ਤੋਂ ਬਾਅਦ ਇਹਦੇ 'ਤੇ ਮੁਗਲੀਆ ਦੌਰ ਸ਼ੁਰੂ ਹੁੰਦਾ। ਮੁਗਲੀਆ ਦੌਰ ਦੇ ਵਿੱਚ ਤੁਸੀਂ ਇਹ ਦੇਖੋ, ਇਹ ਮਸਜਿਦ ਜਿਹੜੀ ਹੈ ਸ਼ੇਰ ਸ਼ਾਹ ਸੂਰੀ ਦੇ ਦੌਰ ਦੀ ਬਣੀ ਹੋਈ ਮਸਜਿਦ ਹੈ। ਬਾਈ ਜੀ ਕੀ ਨਾਮ ਦੱਸਿਆ? ਬੁਗਨੀਆ ਮਸਜਿਦ ਜਿਹੜੀ ਹੈ ਇਹ ਮੁਗਲੀਆ ਦੌਰ ਦੀ ਬਣੀ ਹੋਈ ਹੈ। ਇਹਦੀ ਮੈਂ ਤੁਹਾਨੂੰ ਪਿਕਚਰਸ ਵਗੈਰਾ ਦਿਖਾਵਾਂਗਾ। ਸ਼ਾਹੀ ਮਸਜਿਦ ਕਹਿਲਾਉਂਦੀ ਹੈ। ਇਹ ਸਰਾਊਂਡਿੰਗ ਤੁਸੀਂ ਦੇਖੋ ਭੇਰਾ ਸ਼ਹਿਰ ਦਾ। ਅੱਜ ਵੀ ਭੇਰਾ ਸ਼ਹਿਰ ਦੇ ਅੰਦਰ 7 ਮੰਜ਼ਿਲਾ ਘਰ ਜਿਹੜੇ ਨੇ ਉਹ ਖਲੋਤੇ ਹੋਏ ਨੇ। ਔਰ ਮੈਂ ਸ਼ੌਕਡ ਹਾਂ ਕਿ ਵੀ ਲਾਹੌਰ ਜਿਹੜਾ ਦਰਬਾਰ ਸੀ ਉੱਥੋਂ ਇੰਨੀ ਦੂਰ ਹੋਣ ਦੇ ਬਾਵਜੂਦ ਇੱਥੇ ਇੰਨੀਆਂ ਨੇ ਉੱਚੀਆਂ ਹਵੇਲੀਆਂ ਔਰ ਇੰਨੀਆਂ ਨੇ ਉੱਚੀਆਂ ਮਾੜੀਆਂ ਬਣੀਆਂ ਹੋਈਆਂ ਨੇ ਕਿ ਬੰਦੇ ਦੇਖ ਕੇ ਅਕਲ ਦੰਗ ਰਹਿ ਜਾਂਦੀ ਹੈ। ਸ਼ਾਮ ਦੇ ਮਨਾਜ਼ਰ ਨੇ ਔਰ ਮੈਂ ਇਸ ਵਕਤ ਗੁਰਦੁਆਰਾ ਸਿੰਘ ਸਭਾ, ਜਿਹੜਾ ਓਲਡ ਗੁਰਦੁਆਰਾ ਸਿੰਘ ਸਭਾ ਸੀ, ਅੱਜ ਕੱਲ੍ਹ ਮਰਕਜ਼ੀ ਇਮਾਮ ਬਾਰਗਾਹ ਹੈ ਭੇਰਾ ਸ਼ਰੀਫ ਦੀ, ਸੈਂਟਰ ਬਾਜ਼ਾਰ ਮਸਜਿਦ ਮੁਹਾਜਰੀਨ ਦੇ ਲਾਗੇ ਵੇ। ਔਰ ਇਹ ਪੂਰਾ ਏਰੀਆ ਇਹ ਮਰਕਜ਼ ਹੈ ਜੀ, ਪੂਰੇ ਸ਼ਹਿਰ ਦਾ ਮਰਕਜ਼। ਅਗਰ ਤੁਸੀਂ ਨਾਪਣਾ ਹੈ ਤਾਂ ਤੁਸੀਂ ਇਸ ਇਮਾਮ ਬਾਰਗਾਹ 'ਤੇ ਆਓ, ਜਿਹੜਾ ਓਲਡ ਗੁਰਦੁਆਰਾ ਸਾਹਿਬ ਸੀ, ਮੁਹੱਲਾ 17 ਦੇ ਨਾਮ ਤੋਂ ਇਹ ਮਸ਼ਹੂਰ ਹੈ। ਔਰ ਇਹ ਦੇਖੋ ਤੁਸੀਂ ਬਿਲਕੁਲ ਟੋਟਲੀ ਡਿਫਰੈਂਟ। ਕੁਝ ਲੋਕ ਮੇਰੇ ਨਾਲ ਬੜੀ ਬਹਿਸ ਕਰਦੇ ਨੇ ਗੁਰਦੁਆਰੇ ਦੀ ਸ਼ੇਪਸ ਦੇ ਮੁਤਲਕ। ਇਹ ਦੇਖੋ, ਇਹ ਗੁਰਦੁਆਰੇ ਦੀ ਸ਼ੇਪ ਹੈ, ਇਨਸ਼ੀਅੰਟ ਗੁਰਦੁਆਰੇ ਦਾ ਇਹ ਮੀਨਾਰ ਹੈ। ਔਰ ਬਿਲਕੁਲ ਜਿਸ ਤਰ੍ਹਾਂ ਮਸਜਿਦ ਦਾ ਇੱਕ ਮੀਨਾਰ ਹੁੰਦਾ ਔਰ ਉਸ ਤੋਂ ਬਾਅਦ ਇੱਕ ਗੁੰਬਦ ਹੁੰਦਾ, ਸੇਮ ਸਟਾਈਲ ਦੇ ਵਿੱਚ ਜਿਹੜਾ ਉਹ ਬਣਿਆ ਹੋਇਆ। ਔਰ ਬਹੁਤ ਖੂਬਸੂਰਤੀ ਦੇ ਨਾਲ ਇਹਦੇ ਉੱਤੇ ਮੁਖਤਲਿਫ ਚੀਨੀ ਦੀਆਂ ਚੀਜ਼ਾਂ ਤੋੜ ਕੇ ਔਰ ਉਹਨੂੰ ਜਿਹੜਾ ਉਹਦੇ ਨਾਲ ਇਹਨੂੰ ਖੂਬਸੂਰਤੀ ਨਾਲ ਸਜਾਇਆ ਗਿਆ ਸੀ। ਇਸ ਵਕਤ ਜਿਹੜੀ ਇਹ 3 ਮੰਜ਼ਿਲਾ ਜਿਹੜੀ ਇਮਾਰਤ ਹੈ ਇਹ ਇਸ ਪਰੋਂ ਮਹਿਫੂਜ਼ ਹੋ ਗਈ ਔਰ ਆਪਣੀ ਅਸਲ ਸ਼ੇਪ ਦੇ ਵਿੱਚ ਬਾਕੀ ਹੈ ਕਿ ਇਹਦੇ ਵਿੱਚ ਗੁਰਦੁਆਰਾ ਸਾਹਿਬ ਤੋਂ ਬਾਅਦ ਇੱਥੇ ਜਿਹੜਾ ਸੀ ਉਹ ਇਮਾਮ ਬਾਰਗਾਹ ਬਣ ਗਈ ਹੈ। ਮੈਂ ਇਹਦੀ ਮੁਕੰਮਲ ਮਾਲੂਮਾਤ ਲਈ ਕਿ 1947 ਤੋਂ ਬਾਅਦ ਇਹਦੇ ਅੰਦਰ ਸਿਰਫ ਕੋਈ ਮਹਿਰਾਬ ਬਣਾਈ ਗਈ ਹੋਏਗੀ, ਕੋਈ ਐਕਸਟਰਾ ਅਲਮਾਰੀ ਬਣਾਈ ਗਈ ਹੋਏਗੀ, ਲੇਕਿਨ ਇਹਦੀ ਪ੍ਰੋਪਰ ਜਿਹੜੀ ਸ਼ੇਪ ਹੈ ਗੁਰਦੁਆਰਾ ਸਾਹਿਬ ਦੀ ਉਹ ਅੱਜ ਵੀ ਉਸੇ ਤਰ੍ਹਾਂ ਹੀ ਹੈ ਜਿਹੜੀ ਪ੍ਰੀ ਪਾਰਟੀਸ਼ਨ ਸੀ। ਸ਼ਾਮ ਦੇ ਢਲਦੇ ਸਾਏ ਔਰ ਮੇਰੀ ਇਹ ਟ੍ਰਿਬਿਊਟ ਹੈ, ਮੈਂ ਸ਼ੁਕਰਗੁਜ਼ਾਰ ਹਾਂ ਇਹਨਾਂ ਦਾ, ਇੰਤਜ਼ਾਮੀਆਂ ਦਾ, ਜਿਨ੍ਹਾਂ ਨੇ ਮੈਨੂੰ ਇਜਾਜ਼ਤ ਦਿੱਤੀ ਹੈ ਕਿ ਤੁਸੀਂ ਇਹਨੂੰ ਕੰਪੋਜ਼ਿੰਗ ਕਰ ਲਵੋ, ਕਿਉਂਕਿ ਮੇਰਾ ਪਰਪਸ ਸਿਰਫ ਸਟੱਡੀ ਬੇਸਡ ਹੈ ਔਰ ਮੇਰੀ ਰਿਸਰਚ ਹੈ ਸਿੱਖੀ ਬਾਰੇ। ਮੈਂ ਉਸ ਵਜ੍ਹਾ ਨਾਲ ਇਹ ਭਾਈ ਹੋਰਾਂ ਨੇ ਮੇਰੀ ਮਦਦ ਕੀਤੀ ਹੈ ਔਰ ਮੈਨੂੰ ਅੰਦਰ ਗੁਰਦੁਆਰਾ ਸਾਹਿਬ ਆਉਣ ਦੀ ਇਜਾਜ਼ਤ ਦਿੱਤੀ ਹੈ। ਔਰ ਕਿਸੇ ਵੀ ਸੂਰਤ ਦੇ ਵਿੱਚ ਇਹਨੂੰ ਗਲਤ ਜਾਂ ਕੋਈ ਮਜ਼ਬੀ ਰੰਗ ਨਾ ਦਿੱਤਾ ਜਾਵੇ, ਇਹ ਮੇਰੀ ਸਟੱਡੀ ਰਿਸਰਚ ਹੈ, ਫਿਰ ਕਹਾਂਗਾ। ਔਰ ਮੈਂ ਰਿਸਰਚ ਕਰ ਰਿਹਾ ਹਾਂ ਸਿੱਖਿਜ਼ਮ ਬਾਰੇ, ਮੈਂ ਬਹੁਤ ਜ਼ਿਆਦਾ ਸਾਰੀਆਂ ਹਵੇਲੀਆਂ ਔਰ ਗੁਰਦੁਆਰੇ ਆਲਰੇਡੀ ਮੈਂ ਡਿਸਕਵਰ ਕਰ ਚੁੱਕਿਆ ਹਾਂ। ਇਹ ਮੈਂ ਟੋਪ ਫਲੋਰ ਤੋਂ ਹੁਣ ਥੱਲੇ ਜਾ ਰਿਹਾ ਹਾਂ ਕਿਉਂਕਿ ਸਾਈਡਾਂ ਦੇ ਉੱਤੇ ਬਿਲਡਿੰਗਸ ਇੰਨੀਆਂ ਖੜੀਆਂ ਹੋ ਚੁੱਕੀਆਂ ਨੇ ਕਿ ਹੁਣ ਮੈਨੂੰ ਉਹ ਦੇਖਣਾ ਮਕਸੂਦ ਨਹੀਂ ਹੈ। ਕਿਸ ਤਰੀਕੇ ਨਾਲ ਮੈਂ ਤੁਹਾਨੂੰ ਮੈਂ ਪੂਰੀ ਬਿਲਡਿੰਗ ਦਿਖਾਵਾਂ। ਵਾਹਿਦ ਹਾਲ ਸੀ ਕਿ ਮੈਂ ਟੋਪ ਫਲੋਰ 'ਤੇ ਆਵਾਂ। ਇਹ ਰਸਤਾ ਵੈਸੇ ਜਾਂਦਾ ਤਾਂ ਹੈ, ਸੀੜੀਆਂ ਵੀ ਮੌਜੂਦ ਨੇ ਉੱਤੇ, ਲੇਕਿਨ ਉੱਤੇ ਜਾਣ ਦਾ ਕੋਈ ਮਕਸਦ ਨਹੀਂ ਹੈ। ਇਹ 4 ਦਰ ਜਿਹੜੇ ਨੇ ਸੁਧਾਰ ਲਹਿਰ ਤੋਂ ਬਾਅਦ ਜਿਹੜੇ ਸਨ, ਇਹ ਦੇਖੋ ਤੁਸੀਂ 4 ਦਰਵਾਜ਼ੇ ਨੇ ਇਹਦੇ ਔਰ ਇਹਨੂੰ ਪੁਰਾਣੇ ਗੁਰਦੁਆਰਿਆਂ ਦੇ ਤਰੀਕੇ ਦੇ ਨਾਲ ਜਿਹੜਾ ਸੀ ਉਹ ਬਣਾਇਆ ਗਿਆ ਸੀ। ਤੁਸੀਂ ਆਪ ਤਾਂ ਕਿ ਥੱਲੇ ਫੈਮਿਲੀ ਨਾ ਆਵੇ ਕੋਈ, ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਇਮਾਮ ਬਾਰਗਾਹ।
ਜਿਹੜੀ ਕਿ ਪ੍ਰੀ ਪਾਰਟੀਸ਼ਨ ਜਿਹੜੀ ਸੀ 1947 ਤੋਂ ਪਹਿਲੇ ਗੁਰਦੁਆਰਾ ਸਾਹਿਬ ਸੀ ਔਰ ਆਪਣੀ ਅਸਲੀ ਔਰ ਜਿਹੜੀ ਸ਼ਕਲ ਬਰਕਰਾਰ ਰੱਖਣ ਦੀ ਵਜ੍ਹਾ ਇਹੀ ਹੈ ਕਿ ਇੱਥੇ ਸੰਗਤ ਦੇ ਘਰ ਨੇ ਔਰ ਸੰਗਤ ਇੱਥੇ ਰਹਿੰਦੇ ਨੇ ਔਰ ਇਹਨਾਂ ਨੇ ਉਹਨੂੰ ਪ੍ਰੋਪਰ ਉਸੇ ਸ਼ੇਪ ਦੇ ਵਿੱਚ ਰੱਖਿਆ ਜਿਹੜਾ ਕਿ ਆਲਰੇਡੀ ਸੀ। ਸਲਾਮ ਜਨਾਬ, ਇਹ ਇਮਾਮ ਬਾਰਗਾ ਜਿਹੜੀ ਹੈ, ਤੁਸੀਂ ਕਿੰਨੀ ਦੇਰ ਤੋਂ ਇੱਥੇ ਆਬਾਦ ਹੈ? ਪਾਰਟੀਸ਼ਨ ਦੱਸ ਰਹੇ ਨੇ ਕਿ 1947 ਤੋਂ ਪਹਿਲੇ। ਮੈਂ ਇੱਕ ਬੰਦੇ ਦਾ ਆਰਕਾਈਵਸ ਦੇ ਹਵਾਲੇ ਨਾਲ 1947 ਦੇ ਹਵਾਲੇ ਨਾਲ ਇੰਟਰਵਿਊ ਵੀ ਕਰਕੇ ਆਇਆ ਵਾਂ ਔਰ ਉਹਨਾਂ ਨੇ ਵੀ ਇਹੀ ਦੱਸਿਆ ਕਿ ਵੀ ਗੁਰਦੁਆਰਾ ਜਿਸ ਸ਼ੇਪ ਦੇ ਵਿੱਚ ਸੀ ਉਸੇ ਸ਼ੇਪ ਦੇ ਵਿੱਚ ਇਹਨੂੰ ਕਨਵਰਟ ਕਰਕੇ ਇਮਾਮ ਬਾਰਗਾ ਸਾਹਿਬ ਬਣਾ ਦਿੱਤਾ ਗਿਆ ਔਰ ਅੱਜ ਵੀ ਇਹਦੀ ਇੱਕ ਇੱਕ ਕਿੱਟ ਔਰ ਇੱਕ ਇੱਕ ਬੂਹਾ ਉਹੀ ਹੈ ਜਿਹੜਾ ਕਿ ਪਹਿਲੇ ਬਣਿਆ ਹੋਇਆ ਸੀ। ਤੁਹਾਡਾ ਇਸਮ ਸ਼੍ਰੀ ਜੀ? ਮੇਰਾ ਨਾਮ ਅਸਦ ਜੀ, ਖਤੀਬ ਹੋਈ। ਅੱਛਾ ਜੀ, ਅਸਦ ਅਵਾਸ ਸਾਹਿਬ ਹੈ, ਯਹਾਂ ਕੇ ਖਤੀਬ ਹੈ। ਅਤੇ ਬੜੀ ਖੁਸ਼ੀ ਹੋਈ ਜੀ, ਤੁਸੀਂ ਮੌਕਾ ਦਿੱਤਾ ਮੈਨੂੰ। ਮੈਂ ਸਿੱਖ ਪੀਰੀਅਡ ਦੇ ਉੱਤੇ ਰਿਸਰਚ ਕਰ ਰਿਹਾ ਵਾਂ ਔਰ ਐਸੀਆਂ ਚੀਜ਼ਾਂ ਜਿਹੜੀਆਂ ਕਿ ਸਿੱਖਾਂ ਨਾਲ ਰਿਲੇਟਿਡ ਰਹੀਆਂ ਨੇ। ਤੁਹਾਡੀ ਮਿਹਰਬਾਨੀ ਕਿ ਤੁਸੀਂ ਮੈਨੂੰ ਦਿਖਾਇਆ ਔਰ ਤੁਹਾਡੇ ਤਾਵਨ ਦਾ ਸ਼ੁਕਰੀਆ। ਮੈਂ ਹੁਣ ਬਾਹਰ ਜਾਣਾ ਚਾਹਾਂਗਾ ਜੀ। ਠੀਕ ਹੈ, ਮੈਂ ਇੱਕ ਦੋ ਗੱਲਾਂ ਸਿਰਫ ਜੀ ਪਲੀਜ਼ ਤੁਸੀਂ ਬੋਲੋ ਕਿ ਚੂੰਕਿ ਇਹ ਜਗ੍ਹਾ ਜਿਹੜੀ ਹੈ ਸੀ ਇਹ ਇੱਕ ਧਰਮ ਦੀ ਇੱਕ ਮਜ਼ਹਬ ਦੀ ਇਬਾਦਤ ਗਾਹ ਸੀ, ਗੋ ਇਸ ਦੇ ਅੰਦਰ ਇਬਾਦਤ ਅਭੀ ਤੱਕ ਸ਼ੁਰੂ ਨਹੀਂ ਹੋਈ ਸੀ। ਅੱਛਾ ਜੀ, ਇਬਾਦਤ ਨਹੀਂ ਸ਼ੁਰੂ ਹੋਈ ਸੀ? ਸ਼ੁਰੂ ਨਹੀਂ ਸੀ ਇਬਾਦਤ। ਵੈਰੀ ਗੁੱਡ, ਕਿਉਂਕਿ ਉਹਨਾਂ ਨੇ ਜਦੋਂ ਇਹਨੂੰ ਬਣਾਇਆ ਕੁਛ ਅਨਕੰਪਲੀਟ ਛੋੜ ਕੇ ਚਲੇ ਗਏ ਸਨ। ਅੱਛਾ ਅੱਛਾ ਅੱਛਾ, ਨੀਚੇ ਵਾਲਾ ਹਿੱਸਾ ਜਿਹੜਾ ਉਹ ਅਨਕੰਪਲੀਟ ਸੀ, ਉੱਪਰ ਵਾਲਾ ਹਿੱਸਾ ਕੰਪਲੀਟ ਹੋ ਗਿਆ ਸੀ, ਉਹ ਉੱਪਰ ਵਾਲਾ ਹਿੱਸਾ ਕੰਪਲੀਟ ਹੋ ਗਿਆ ਸੀ, ਇਹ ਕੰਪਲੀਟ ਹੋ ਗਿਆ ਸੀ। ਇਸ ਦੇ ਅੰਦਰ ਸਲੇਬ ਫਰਸ਼ ਵਗੈਰਾ ਵੀ ਅਜੇ ਤੱਕ ਨਹੀਂ ਸਨ ਬਣੇ ਜੀ ਜੀ। ਜਦੋਂ ਪਾਰਟੀਸ਼ਨ ਹੋ ਗਈ ਅਤੇ ਜਿਤਨੇ ਫਿਰ ਇਹਨੂੰ ਛੱਡ ਕੇ ਚਲੇ ਗਏ ਸਨ। ਅੱਛਾ, ਕਿਸ ਨਾਮ ਤੋਂ ਸੀ ਤੁਹਾਨੂੰ ਕੋਈ ਯਾਦ ਹੈ? ਪਹਿਲੇ ਜਦੋਂ ਇਹਦਾ ਨਾਮ ਕੀ ਸੀ ਗੁਰਦੁਆਰਾ ਸਾਹਿਬ ਦਾ, ਕੋਈ ਯਾਦ ਹੈ ਤੁਹਾਨੂੰ? ਨਹੀਂ ਇਹਦੇ ਨਾਮ, ਕਿਉਂਕਿ ਮੈਨੂੰ ਪਤਾ ਚੱਲਿਆ ਕਿ ਜਿਹੜੇ 47 ਤੋਂ ਕਰੀਬ ਕਰੀਬ ਬਣੇ ਉਹਨਾਂ ਦਾ ਗੁਰਦੁਆਰਾ ਸਿੰਘ ਸਭਾ ਦੇ ਨਾਮ ਤੋਂ ਉਹਨਾਂ ਨੂੰ ਜਾਣਿਆ ਜਾਂਦਾ ਹੈ ਔਰ ਬਹਿਰਾ ਦਾ ਸਭ ਤੋਂ ਵੱਡਾ ਗੁਰਦੁਆਰਾ ਹੈ ਔਰ ਮੇਨ ਅਸਥਾਨ ਹੈ ਜਿਹੜਾ ਕਿ ਚਾਰੋਂ ਪਾਸੇ ਇੱਕ ਪਾਸੋਂ ਮਸਜਿਦ ਨਜ਼ਰ ਆਉਂਦੀ ਹੈ ਔਰ ਦੂਸਰੇ ਪਾਸੋਂ ਇਹ ਗੁਰਦੁਆਰਾ ਸਾਹਿਬ ਦਾ ਮੀਨਾਰ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ। ਔਰ ਉਸ ਤੋਂ ਇਲਾਵਾ ਇਹ ਫਿਰ ਜਦੋਂ ਇਹ ਸਾਦਾਤ ਫੈਮਿਲੀ ਇੰਡੀਆ ਤੋਂ ਤਸ਼ਰੀਫ ਲੈ ਆਏ, ਇਹਨਾਂ ਨੇ ਆ ਕੇ ਇਸ ਇਬਾਦਤ ਖਾਨੇ ਨੂੰ ਆਪਣੇ ਇਬਾਦਤ ਖਾਨੇ 'ਚ ਕਨਵਰਟ ਕਰ ਦਿੱਤਾ। ਠੀਕ ਹੈ ਜੀ, ਯਾਨੀ ਉਹਨਾਂ ਦੀ ਇਹਦੀ ਹੁਰਮਤ ਨੂੰ ਰੱਖਦਿਆਂ ਹੋਇਆਂ ਇਹਦੀ ਇੱਜ਼ਤ ਨੂੰ, ਯਾਨੀ ਇਹ ਹੁਰਮਤ ਬਹਾਲ ਰਹੀ ਹੈ ਕਿਉਂਕਿ ਉਹਨਾਂ ਦੀ ਵੀ ਇਬਾਦਤ ਗਾਹ ਹੈ ਸੀ, ਅਸਾਂ ਵੀ ਇਸਨੂੰ ਆਪਣੀ ਇਬਾਦਤ ਗਾਹ ਹੀ ਬਣਾ ਦਿੱਤਾ। ਫਿਰ ਇਹਦੀ ਕਿਸੇ ਇੱਕ ਇੱਕ ਚੀਜ਼ ਨੂੰ ਜੋ ਜੋ ਲਗਾ ਕੇ ਗਏ ਨੇ ਅਸਾਂ ਕੋਈ ਚੀਜ਼ ਜ਼ਾਇਆ ਨਹੀਂ ਕੀਤੀ। ਅੱਛਾ ਅੱਛਾ ਅੱਛਾ, ਬਿਲਕੁਲ ਸੇਮ ਖੜਾ। ਕੋਈ ਕੋਈ ਸਟੋਨ ਲੱਗਾ ਹੈ ਜਿਹਦੇ 'ਤੇ ਕੁਛ ਲਿਖਿਆ ਹੋਵੇ? ਇਮਾਮ ਬਾਰਗਾਹ ਨੂੰ ਇਸਤੇਮਾਲ ਸ਼ੁਰੂ ਕਰ ਦਿੱਤਾ ਔਰ ਅੱਜ ਵੀ ਇੱਥੇ ਬੱਚਿਆਂ ਦੀ ਦੀਨੀ ਤਾਲੀਮ ਜਿਹੜੀ ਹੈ ਉਹ ਮੁਕੰਮਲ ਕੀਤੀ। ਬਹੁਤ ਸ਼ੁਕਰੀਆ ਜ਼ੈਦੀ ਸਾਹਿਬ, ਮੈਂ ਜ਼ਰਾ ਬਾਹਰ ਜਾਣਾ ਚਾਹਾਂਗਾ ਥੋੜ੍ਹੀ ਜਿੰਨੀ ਬਾਅਦ ਜੀ। ਸ਼ਾਹਿਦ ਸ਼ਬੀਰ ਮੈਂ ਤੁਹਾਨੂੰ ਮੈਂ ਇਹਦਾ ਆਊਟਰ ਵਿਊ ਦਿਖਾਉਣਾ ਵਾਂ ਕਿ ਕਿਤਨਾ ਸਟਰੋਂਗ ਆਊਟਰ ਵਿਊ ਸੀ ਇਹਦਾ ਔਰ ਇਹਨੂੰ ਕਿਸ ਖੂਬਸੂਰਤੀ ਦੇ ਨਾਲ ਬਣਾਇਆ ਗਿਆ ਔਰ ਟੋਟਲੀ ਇੰਟਾਇਰਲੀ ਡਿਫਰੈਂਟ ਹੈ ਇੱਕ ਗੁਰਦੁਆਰਾ ਸਰਗੋਦਾ ਦਾ ਔਰ ਦੂਸਰਾ ਗੁਰਦੁਆਰਾ ਜਿਹੜਾ ਉਹ ਭੇਰਾ ਦਾ। ਦੋਵਾਂ ਦਾ ਸੇਮ ਡਿਜ਼ਾਇਨ ਹੈ ਲੇਕਿਨ ਉਹਦਾ ਬਹੁਤ ਵੱਡਾ ਸੇਨ ਸੀ। ਇਹ ਤਾਂ ਬਹੁਤ ਪੁਰਾਣੀ ਆਬਾਦੀ ਹੈ ਮੇਰੇ ਦੀ ਔਰ ਕਬਲਜ਼ ਮਸੀਹ ਦੀ ਇਹ ਆਬਾਦੀ ਹੈ ਔਰ ਇਹਦੇ ਵਿੱਚ ਇੰਨੀ ਵੱਡੀ ਜਗ੍ਹਾ ਜਿਹੜੀ ਹੈ ਅਕਵਾਇਰ ਕਰਨਾ ਗੁਰਦੁਆਰਾ ਸਾਹਿਬ ਵਾਸਤੇ ਮੇਰਾ ਖਿਆਲ ਹੈ ਕਿ ਬਿਲਕੁਲ ਨਾਮੁਮਕਿਨ ਸੀ। ਇਹ ਬਾਜ਼ਾਰ ਅਤਾਰੀਆਂ ਹੈ ਔਰ ਇਹ ਬਾਜ਼ਾਰ ਦਾ ਬਿਲਕੁਲ ਮੇਨ ਚੌਕ ਮੈਂ ਜਿਹੜਾ ਉਹਦੇ ਵਿੱਚ ਤੁਹਾਨੂੰ ਮੈਂ ਲੈ ਕੇ ਆਇਆ ਵਾਂ। ਇਹਦੇ 'ਤੇ ਕੁਛ ਅੱਖਰ ਲਿਖੇ ਹੋਏ ਨੇ, ਸ਼ਬਦ ਲਿਖੇ ਹੋਏ ਨੇ ਲੇਕਿਨ ਸ਼ਬਦ ਸਮਝ ਨਹੀਂ ਆ ਰਹੇ। ਯਾ ਮੁਹੰਮਦ, ਯਾ ਅਲੀ, ਯਾ ਫਾਤਮਾ, ਯਾ ਹਸਨ, ਯਾ ਹੁਸੈਨ, ਪੰਜ ਤਨ ਪਾਕ, ਇਮਾਮਿਆ ਮਸਜਿਦ, ਮਰਕਜ਼ੀ ਇਮਾਮ ਬਾਰਗਾਹ, ਭੇਰਾ। ਸੇਮ ਉਹੀ ਝਰੋਕਾ, ਝਰੋਕੇ ਤੋਂ ਬਾਅਦ ਉੱਤੇ ਦਰਸ਼ਨ ਡਿਓੜੀ ਔਰ ਦਰਸ਼ਨ ਡਿਓੜੀ ਤੋਂ ਬਾਅਦ ਜਿਹੜਾ ਸੀ ਇਹ ਸਾਰਾ ਜਿਹੜਾ ਸੀ ਇਹ ਪ੍ਰਕਾਸ਼ ਹਾਲ ਹੈ ਕਿ ਪ੍ਰਕਾਸ਼ ਹਾਲ ਹਲੇ ਐਕਟਿਵ ਨਹੀਂ ਸੀ। ਇਹ ਸਟਰਕਚਰ ਇੰਨਾ ਵੱਡਾ ਹੈ ਕਿ ਥੱਲੇ ਨਜ਼ਰ ਨਹੀਂ ਆ ਰਿਹਾ। ਇੱਕ ਦੋ ਤਿੰਨ ਚਾਰ ਔਰ ਚਾਰ ਅੱਠ ਦੁਕਾਨਾਂ ਜਿਹੜੀਆਂ ਨੇ ਅੱਜ ਵੀ ਜਿਹੜੀਆਂ ਨੇ ਜਿਹੜੀਆਂ ਇਸ ਨਾਮ 'ਤੇ ਸਨ ਉਹ ਸਟਿਲ ਉਸੇ ਨਾਮ ਦੇ ਉੱਤੇ ਨੇ ਔਰ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ।
ਮੈਂ ਤੁਹਾਨੂੰ ਇਹਦਾ ਥੋੜ੍ਹਾ ਜਿਹਾ ਦੂਰੋਂ ਵੀ ਦਿਖਾਉਣਾ ਵਾਂ ਔਰ ਸ਼ਾਇਦ ਤੁਹਾਨੂੰ ਕੁਛ ਲੋਕ ਜਿਹੜੇ ਇੱਥੋਂ ਮਾਈਗ੍ਰੇਟ ਨੇ ਉਹ ਮੇਰੀ ਹੈਲਪ ਕਰਨ ਔਰ ਮੈਨੂੰ ਇਸ ਚੀਜ਼ ਦੇ ਮੁਤਲਕ ਮਜ਼ੀਦ ਇਨਫੋਰਮੇਸ਼ਨ ਦੇਣ। ਗੱਲ ਚੱਲ ਰਹੀ ਸੀ ਸਿੱਖ ਪੰਥ ਦੀ, ਸਿੱਖੀ ਦੇ ਵਿੱਚ ਇੱਥੇ ਆਖਿਰ ਕਦੋਂ, ਜਦੋਂ ਹਰੀ ਸਿੰਘ ਨਲਵਾ ਨੌਰਥ ਪੰਜਾਬ ਨੂੰ ਕੰਕਰਟ ਕਰਦਾ ਹੋਇਆ ਇਸ ਪਾਸੇ ਪਹੁੰਚਿਆ ਅਤੇ ਇੱਥੇ ਕਮ ਅਜ਼ ਕਮ ਸੰਗਤ ਦੇ 2000 ਘਰ ਲਿਆ ਕੇ ਵਸਾਏ ਗਏ ਸਨ। ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਮੈਂ ਕਿਸੇ ਐਸੀ ਜਗ੍ਹਾ 'ਤੇ ਖੜ੍ਹਾ ਹਾਂ ਜਿੱਥੋਂ ਤੁਹਾਨੂੰ ਮੈਂ ਪੂਰੇ ਦਰਸ਼ਨ ਕਰਵਾ ਸਕਾਂ। ਇਹ ਦੇਖੋ ਤੁਸੀਂ ਇਸ ਜਗ੍ਹਾ ਦੇ ਉੱਤੋਂ ਮੁਕੰਮਲ ਦਰਸ਼ਨ ਹੁੰਦੇ ਨੇ ਗੁਰਦੁਆਰਾ ਸਾਹਿਬ ਦੇ 3rd ਫਲੋਰ ਦੇ, ਔਰ ਉਸ ਤੋਂ ਬਾਅਦ 4th 5th ਫਲੋਰ ਜਿਹੜਾ ਹੈ ਉਹ ਟੌਪ ਹੈ ਇਹਦਾ ਗੁੰਬਦ ਦਾ, ਮੀਨਾਰ ਦਾ ਇਹ ਦਰਸ਼ਨ ਡਿਉੜੀ ਹੈ। ਇਹ ਅੱਗੇ ਹੁਣ ਇੱਕ ਬਿਲਡਿੰਗ ਯਾਤਰੀ ਨਿਵਾਸ ਹੋਣ ਦੇ ਬਾਹਰੋਂ, ਇਹਦਾ ਕਾਫੀ ਵੱਡਾ ਯਾਤਰੀ ਨਿਵਾਸ ਹੈ। ਫਿਰ ਅੱਗੇ ਪੂਰੀ ਮਾਰਕੀਟ ਹੈ ਔਰ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਮੈਂ ਤੁਹਾਨੂੰ ਦਿਖਾ ਰਿਹਾ ਵਾਂ ਪ੍ਰੀ ਪਾਰਟੀਸ਼ਨ 1947 ਦੇ ਵਿੱਚ ਬਣਦਾ ਹੋਇਆ ਇੱਕ ਗੁਰੂ ਘਰ ਜਿਹੜਾ ਕਿ ਹਲੇ ਮੁਕੰਮਲ ਨਹੀਂ ਸੀ ਹੋਇਆ ਅਤੇ 47 ਆ ਗਿਆ ਬੇਰਾ ਦੇ ਅੰਦਰ। ਫੀਚਰ ਇੰਨੇ ਸਟਰੋਂਗ ਨੇ ਕਿ ਬਹੁਤ ਹੀ ਪਿਆਰੇ ਹਲੇ ਤੱਕ ਆਪਣੀ ਅਸਲ ਹਾਲਤ ਦੇ ਵਿੱਚ ਨੇ, ਔਰ ਸ਼ੁਕਰਗੁਜ਼ਾਰ ਹਾਂ ਇਮਾਮ ਬਾਰਗਾਹ ਦੀ ਜਿਹੜੀ ਇੰਤਜ਼ਾਮੀਆ ਹੈ ਉਹਨਾਂ ਨੇ ਇਹਦੇ ਵਿੱਚ ਕੋਈ ਆਲਟਰੇਸ਼ਨ ਨਹੀਂ ਕੀਤੀ ਔਰ ਗੁਰਦੁਆਰੇ ਨੂੰ ਸੇਮ ਉਸੇ ਹੀ ਸ਼ੇਪ ਦੇ ਵਿੱਚ ਰੱਖਿਆ। ਤਾਂ ਦੇਖਦੇ ਰਹੋ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ ਪੰਜਾਬ ਪੇਜ, ਇਹ ਹੈ ਮੇਰਾ ਪਾਕਿਸਤਾਨ, ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ ਔਰ ਖੋਰੇ ਸੱਚ 47 ਦੇ।